COVID-19 ਹਾਲਾਤਾਂ ਦੇ ਚਲਦਿਆਂ ਭਾਰਤ ਸਰਕਾਰ ਵੱਲੋਂ ਟਰੈਵਲ ਸੰਬੰਧੀ ਪਾਬੰਦੀਆਂ ਵਿੱਚ ਕੁਝ ਢਿੱਲ ਦਿੱਤੀ ਗਈ ਹੈ। ਹੁਣ ਜਿਨ੍ਹਾਂ ਦੇ ਕੋਲ OCI ਜਾਂ POI ਕਾਰਡ ਨੇ ਉਹ ਇੰਡੀਆ ਵਿਜ਼ਿਟ ਕਰ ਸਕਦੇ ਨੇ। 8 ਮਹੀਨਿਆਂ ਬਾਅਦ ਭਾਰਤ ਸਰਕਾਰ ਨੇ ਕੁਝ ਚੋਣਵੇਂ ਵਰਗ ਛੱਡ ਕੇ ਹੋਰ ਹਰ ਕਿਸਮ ਦੇ ਵੀਜ਼ੇ ਬਹਾਲ ਕਰਨ ਦਾ ਐਲਾਨ ਕੀਤਾ। ਗ੍ਰਹਿ ਮੰਤਰਾਲੇ ਨੇ ਇਸ ਬਾਰੇ ਕਿਹਾ ਕਿ ਇਲੈਕਟ੍ਰੋਨਿਕ ਵੀਜ਼ਾ, ਟੂਰਿਸਟ ਵੀਜ਼ਾ ਤੇ ਮੈਡੀਕਲ ਵੀਜ਼ਾ ਛੱਡ ਕੇ ਬਾਕੀ ਸਾਰੇ ਵੀਜ਼ੇ ਤੁਰੰਤ ਬਹਾਲ ਕੀਤੇ ਜਾ ਰਹੇ ਨੇ। ਇਸ ਬਾਰੇ ਭਾਰਤ ਦੇ ਗ੍ਰਹਿ ਮੰਤਰਾਲੇ ਦੇ ਬਿਆਨ ਅਨੁਸਾਰ ਕੁਝ ਪਾਬੰਦੀਸ਼ੁਦਾ ਵਰਗਾਂ ਨੂੰ ਛੱਡ ਕੇ ਭਾਰਤੀ ਮੂਲ ਦੇ ਸਾਰੇ ਵਿਦੇਸ਼ੀ ਨਾਗਰਿਕਾਂ ਜਿਨ੍ਹਾਂ ਕੋਲ OCI ਕਾਰਡ ਨੇ ਉਹਨਾਂ ਨੂੰ ਕਿਸੇ ਵੀ ਕਾਰਨ ਦੇ ਲਈ ਭਾਰਤ ਯਾਤਰਾ ਦੀ ਖੁੱਲ੍ਹ ਦੇ ਦਿੱਤੀ ਗਈ ਹੈ। ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ COVID-19 ਮਹਾਂਮਾਰੀ ਕਾਰਨ ਪੈਦਾ ਹੋਈ ਸਥਿਤੀ ਵਿੱਚ ਸਰਕਾਰ ਨੇ ਫਰਵਰੀ 2020 ਤੋਂ ਕੌਮਾਂਤਰੀ ਯਾਤਰੀਆਂ ਦੀ ਆਵਾਜਾਈ ਰੋਕਣ ਦੇ ਕਦਮ ਚੁੱਕੇ ਸੀ। ਇਸ ਵੇਲੇ ਸਰਕਾਰ ਨੇ ਭਾਰਤ ਵਿੱਚ ਆਉਣ ਜਾਂ ਇੱਥੋਂ ਬਾਹਰ ਜਾਣ ਦੇ ਚਾਹਵਾਨ OCI ਅਤੇ POI ਕਾਰਡ ਵਾਲੇ ਲੋਕਾਂ ਲਈ ਵੀਜ਼ੇ ਤੇ ਯਾਤਰਾ ਕਰਨ ਦੀਆਂ ਪਾਬੰਦੀਆਂ ਵਿੱਚ ਪੜਾਓਵਾਰ ਛੋਟਾਂ ਦੇਣ ਦਾ ਫੈਸਲਾ ਕਰ ਲਿਆ। ਇਹਨਾਂ ਛੋਟਾਂ ਵਿੱਚ ਸਰਕਾਰ ਨੇ ਇਲੈਕਟ੍ਰੋਨਿਕ ਵੀਜ਼ਾ, ਟੂਰਿਸਟ ਵੀਜ਼ਾ ਅਤੇ ਮੈਡੀਕਲ ਵੀਜ਼ਾ ਨੂੰ ਛੱਡ ਕੇ ਬਾਕੀ ਸਾਰੇ ਮੌਜੂਦਾ ਵੀਜ਼ਾ ਤੁਰੰਤ ਬਹਾਲ ਕਰਨ ਦਾ ਫੈਸਲਾ ਕੀਤਾ। ਜੇ ਅਜਿਹੇ ਵੀਜ਼ੇ ਦੀ ਮਿਆਦ ਮੁੱਕ ਚੁੱਕੀ ਹੋਏ ਤਾਂ ਜਾਇਜ਼ ਕੈਟੇਗਰੀ ਦੇ ਤਾਜ਼ੇ ਵੀਜ਼ੇ ਲਏ ਜਾ ਸਕਦੇ ਨੇ ਤੇ ਮੈਡੀਕਲ ਇਲਾਜ ਲਈ ਭਾਰਤ ਆਉਣ ਦੇ ਚਾਹਵਾਨ ਵਿਦੇਸ਼ੀ ਨਾਗਰਿਕ ਆਪਣੇ ਮੈਡੀਕਲ ਅਟੈਂਡੈਂਟ ਸਮੇਤ ਮੈਡੀਕਲ ਵੀਜ਼ਾ ਲਈ ਨਵੇਂ ਸਿਰੇ ਤੋਂ ਅਰਜ਼ੀ ਦੇ ਸਕਦੇ ਨੇ। ਭਾਰਤ ਸਰਕਾਰ ਨੇ ਇਹ ਤਾਜ਼ਾ ਐਲਾਨ ਵਿਦੇਸ਼ੀ ਨਾਗਰਿਕਾਂ ਨੂੰ ਕਾਰੋਬਾਰ, ਸੰਮੇਲਨ, ਰੋਜ਼ਗਾਰ, ਪੜ੍ਹਾਈ, ਖੋਜ, ਮੈਡੀਕਲ ਇਲਾਜ ਆਦਿ ਲਈ ਭਾਰਤ ਆਉਣ ਦੀ ਖੁੱਲ੍ਹ ਦੇਵੇਗਾ।